ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ ਸਾਰੇ ਜਣੇ? ਅਤੇ ਤੁਹਾਡੇ ਸਾਰਿਆਂ ਦਾ ਮੇਰੇ ਨਵੇਂ ਵਲੋਗ ਦੇ ਵਿੱਚ ਬਹੁਤ ਬਹੁਤ ਸਵਾਗਤ ਆ। ਅਤੇ ਤੁਸੀਂ ਮੇਰੇ ਵਲੋਗ ਨੂੰ ਪੂਰਾ ਜ਼ਰੂਰ ਦੇਖਿਓ। ਸੋ ਅਸੀਂ ਸਾਰੇ ਦਿਨ ਕੀ ਕਰਦੇ ਹਾਂ, ਜੇ ਕਿਤੇ ਕੋਈ ਜਾਂਦੇ ਹਾਂ ਤਾਂ ਉੱਥੇ ਜਾ ਕੇ ਕੀ ਕਰਦੇ ਹਾਂ, ਸਾਰਾ ਕੁਛ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਨਾਲ ਨਾਲ ਕਰ ਲਿਓ, ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓਜ਼ ਦਾ ਵੀ ਆਨੰਦ ਮਾਣ ਸਕੋ। ਅਤੇ ਬਾਕੀ ਤੁਸੀਂ ਮੇਰੀ ਵੀਡੀਓਜ਼ ਨੂੰ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਅਤੇ ਸ਼ੇਅਰ ਵੀ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀਆਂ ਆ। ਅਤੇ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਆ, ਹੋਪਫੁਲੀ ਤੁਸੀਂ ਸਾਰੇ ਜਾਣੇ ਕਰੋਗੇ। ਅਤੇ ਅੱਜ ਦਾ ਵਲੋਗ ਮੈਂ ਸਵੇਰੇ ਸਟਾਰਟ ਕਰਨ ਲੱਗੀ ਹਾਂ, 8 ਵੱਜ ਚੁੱਕੇ ਆ। ਸੋ ਚਾਹ ਪਾਣੀ ਪੀ ਲਿਆ ਆ, ਸੋ ਮੈਂ ਕਿਹਾ ਚਲੋ ਵਲੋਗ ਸਟਾਰਟ ਕਰਦੇ ਹਾਂ। ਸੋ ਨਾਲ ਨਾਲ ਆਪਣੀ ਯੂਟਿਊਬ ਫੈਮਿਲੀ ਨੂੰ ਵੀ ਦਿਖਾਉਂਦੇ ਹਾਂ ਕਿ ਆਪਾਂ ਕੀ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਕੱਪੜੇ ਰਾਤੀ ਧੋਤੇ ਸੀਗੇ, ਅਤੇ ਮੈਂ ਸੋਚਿਆ ਕਿ ਉਹਨਾਂ ਨੂੰ ਵੀ ਸੁੱਕਣੇ ਪਾ ਲਵਾਂ। ਅਤੇ ਸਾਡੀ ਨਾ ਸੈਫੀ ਮੇਰੇ ਵੱਲ ਦੇਖ ਕੇ ਟੱਪਣ ਡਈ ਆ, ਮੈਂ ਤੁਹਾਨੂੰ ਵੀ ਦਿਖਾਉਂਦੀ ਹਾਂ। ਸੈਫੀ ਕੀ ਗੱਲ ਆ, ਤੈਨੂੰ ਕੀ ਚਾਹੀਦਾ ਆ? ਓਏ ਸੈਫੋ, ਸੈਫ ਕਰੇ। ਅਤੇ ਹੁਣ ਇਹਦਾ ਵੀ ਬ੍ਰੇਕਫਾਸਟ ਦਾ ਟਾਈਮ ਹੋ ਚੁੱਕਿਆ ਆ। ਸੋ ਨਾਲ ਨਾਲ ਮੈਂ ਕੱਪੜੇ, ਅੱਧੇ ਕੱਪੜੇ ਸੁੱਕਣੇ ਪਾਏ ਹੋਏ ਸੀਗੇ ਅਤੇ ਅੱਧੇ ਉਹ ਪਏ ਆ ਮੰਜੇ 'ਤੇ। ਸੋ ਜਿੱਦਾਂ ਜਿੱਦਾਂ ਕੱਪੜੇ ਸੁੱਕੀ ਜਾਣੇ ਆ, ਲਾਹ ਲਾ ਕੇ ਰੱਖੀ ਜਾਣੇ ਆ, ਅਤੇ ਆਪਾਂ ਨਾਲ ਦੀ ਨਾਲ ਕੰਮ ਨਿਬੇੜੀ ਜਾਣਾ। ਸੋ ਅੱਜ ਅਸੀਂ ਸ਼ਾਇਦ ਲੰਚ ਦੇ ਲਈ ਬਣਾਉਣੀ ਆ ਗੋਭੀ ਦੀ ਸਬਜ਼ੀ, ਅਤੇ ਕੱਲ੍ਹ ਅਸੀਂ ਬਣਾਈ ਸੀਗੀ ਭਿੰਡੀ ਸਬਜ਼ੀ, ਮੈਂ ਉਹਦੀ ਰੈਸਪੀ ਵੀ ਪਾ ਦਿੱਤੀ ਆ, ਜੇ ਤੁਹਾਨੂੰ ਵਧੀਆ ਲੱਗੀ ਤਾਂ ਘਰ ਟਰਾਈ ਜ਼ਰੂਰ ਕਰਿਓ। ਅਤੇ ਅੱਜ ਅਸੀਂ ਬਣਾਉਣੀ ਆ ਗੋਭੀ ਦੀ ਸਬਜ਼ੀ, ਅਤੇ ਆਪਾਂ ਤੁਹਾਨੂੰ ਉਹਦੀ ਵੀ ਰੈਸਪੀ ਜ਼ਰੂਰ ਪਾਵਾਂਗੇ। ਸੋ ਹੋਪਫੁਲੀ ਤੁਹਾਨੂੰ ਰੈਸਪੀ ਵਧੀਆ ਲੱਗੂਗੀ। ਅਤੇ ਜਿਹੜੀਆਂ ਸਾਡੀਆਂ ਰੈਸਪੀਆਂ ਹੁੰਦੀਆਂ ਬਹੁਤ ਹੀ ਜ਼ਿਆਦਾ ਈਜ਼ੀ ਹੁੰਦੀਆਂ ਆ, ਲਾਈਕ ਕੋਈ ਇੱਦਾਂ ਦੀ ਚੀਜ਼ ਨਹੀਂ ਹੁੰਦੀ ਕਿ ਜਿਹੜੀ ਆਪਾਂ ਨੂੰ ਬਾਜ਼ਾਰੋਂ ਸਪੈਸ਼ਲ ਲੈ ਕੇ ਆਉਣੀ ਪਵੇ ਉਹਨੂੰ ਟੇਸਟੀ ਬਣਾਉਣ ਦੇ ਲਈ ਸਬਜ਼ੀ ਨੂੰ, ਸਾਰਾ ਕੁਛ ਘਰੇ ਅਵੇਲੇਬਲ ਹੁੰਦਾ ਹੈ। ਠੀਕ ਹੈ ਜੀ, ਚਲੋ ਅੱਗੇ ਅੱਗੇ ਮਿਲਦੇ ਹਾਂ ਆਪਾਂ। ਅਤੇ ਹੁਣ ਮੈਂ ਕੱਟ ਰਹੀ ਹਾਂ ਗੋਭੀ ਦੀ ਸਬਜ਼ੀ, ਤੁਹਾਨੂੰ ਮੈਂ ਨਾਲ ਨਾਲ ਦਿਖਾ ਦਿੰਦੀ ਹਾਂ। ਅਤੇ ਨਾਲ ਨਾਲ ਮੈਂ ਲਾਈ ਹੋਈ ਆ ਮਧਾਣੀ, ਕਿਉਂਕਿ ਕੱਲ੍ਹ ਦਹੀਂ ਅਸੀਂ ਜ਼ਿਆਦਾ ਜਮਾਇਆ ਹੋਇਆ ਸੀਗਾ, ਸੋ ਉਹਦੇ ਵਿੱਚ ਅੱਧਾ ਬਚ ਗਿਆ ਸੀਗਾ, ਸੋ ਰੱਖ ਲਿਆ। ਸੋ ਅੱਧੇ ਦੀ ਅਸੀਂ ਲੱਸੀ ਬਣਾ ਲਈ ਸੀ ਅਤੇ ਅੱਧੇ ਦੀ ਬਣਾਉਣ ਲੱਗੇ ਹਾਂ ਹੁਣ। ਚਾਰ ਪੰਜ ਲਿਓ, ਅਤੇ ਇੱਧਰ ਮੈਂ ਗੋਭੀ ਕੱਟ ਲਈ, ਬਸ ਇਹਨਾਂ ਦੇ ਡੰਡਲ ਰਹਿ ਗਏ ਆ। ਅਤੇ ਨਾਲ ਨਾਲ ਮੈਂ ਉਬਾਲ ਰਹੀ ਹਾਂ ਦੁੱਧ, ਸੋ ਕਿਚਨ ਦਾ ਕੰਮ ਫਟਾਫਟ ਆਪਾਂ ਨਿਬੇੜ ਲੈਣਾ ਆ। ਸੋ ਆਪਣੀ ਜੀ ਹੈਲਪ ਕਰਾਉਣ ਲੱਗੇ ਆ, ਅੱਜ ਮੇਰੇ ਲਈ ਲੈ ਕੇ ਆਏ ਆ ਆਲੂ। ਲਓ ਜੀ, ਵੈਰੀ ਨਾਈਸ, ਆਲੂ ਚੱਕ ਚੱਕ ਕੇ ਥੱਲੇ ਮਾਰਨ ਡਏ ਆ ਹੁਣ ਇਹ। ਸੋ ਅੱਗੇ ਅੱਗੇ ਮੈਂ ਤੁਹਾਨੂੰ ਰੈਸਪੀ ਵੀ ਦਿਖਾਊਂਗੀ। ਸੋ ਮੈਂ ਸੋਚ ਰਹੀ ਹਾਂ ਕਿ ਮੈਂ ਰੈਸਪੀ ਦਾ ਨਾ ਇੱਕ ਸ਼ੋਰਟ ਵੀ ਪਾ ਦੇਵਾਂ, ਤੋ ਆਪਾਂ ਲੌਂਗ ਵਲੌਗ ਤਾਂ ਪਾਉਣਾ ਹੀ ਪਾਉਣਾ ਆ, ਸੋ ਨਾਲ ਆਪਾਂ ਸ਼ੋਰਟ ਵੀ ਪਾ ਦਾਂਗੇ। ਲਓ ਜੀ, ਹੋਏਗਾ ਕੰਮ ਇੱਧਰ ਤਾਂ। ਜੇ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਹੋਰ ਗੱਲਾਂ ਕਰ ਲੈਂਦੀ ਨਾ ਥੋੜ੍ਹੀਆਂ ਜਿਹੀਆਂ, ਤਾਂ ਮੇਰਾ ਤਾਂ ਕੰਮ ਹੋ ਗਿਆ ਸੀ ਸਫਾਈ ਵਾਲਾ ਸ਼ੁਰੂ। ਸੋ ਕਰਨ ਨੇ ਪੀਣਾ ਹੈ, ਕੀ ਪੀਣਾ ਤੁਸੀਂ ਹੁਣ? ਕੀ ਕਹਿ ਰਹੇ ਸੀ, ਲੱਸੀ ਦਾ ਅੱਧ ਰੜਕਾ? ਅੱਧ ਰੜਕਾ, ਸੋ ਇਹਨਾਂ ਨੂੰ ਪਹਿਲਾਂ ਮੈਂ ਅੱਧ ਰੜਕਾ ਪਾ ਦੇਵਾਂ, ਠੀਕ ਆ, ਫਿਰ ਤੁਹਾਡੇ ਨਾਲ ਗੱਲ ਕਰਦੀ ਹਾਂ। ਅਤੇ ਹੁਣ ਆਪਾਂ ਕੱਢਣ ਲੱਗੇ ਹਾਂ ਮੱਖਣ, ਅਤੇ ਆ ਜਾਓ ਨਾਲ ਨਾਲ ਤੁਹਾਨੂੰ ਵੀ ਮੱਖਣ ਖਵਾਈਏ। ਇਗਨੋਰ ਕਰਿਓ ਗਾਈਸ, ਭਾਂਡੇ ਕਿਚਨ 'ਚ ਖੜਕੜੇ ਰਹਿੰਦੇ ਹੁੰਦੇ ਆ। ਲੱਗਦਾ ਬਾਹਰ ਕੋਈ ਆਇਆ ਹੈ ਆਪਣੇ ਘਰੇ, ਦਰਵਾਜ਼ਾ ਖੜਕ ਰਿਹਾ ਆ। ਸੋ ਵਲੌਗ ਦੇ ਚੱਕਰ 'ਚ ਆਪਾਂ ਥੋੜ੍ਹੀ ਜਿਹੀ ਉਹਨਾਂ ਨੂੰ ਵੇਟ ਕਰਵਾ ਦਿੰਦੇ ਹਾਂ। ਗੋਭੀ ਅਤੇ ਆਲੂ ਕੱਟ ਕੇ ਪਤੀਲੇ ਵਿੱਚ ਪਾ ਲਏ ਆ, ਅਤੇ ਨਾਲ ਪਾ ਤਾ ਥੋੜ੍ਹਾ ਜਿਹਾ ਨਮਕ ਅਤੇ ਥੋੜ੍ਹੀ ਜਿਹੀ ਹਲਦੀ। ਸੋ ਇਹਦੇ ਨਾਲ ਕੀ ਹੋਊਗਾ, ਗੋਭੀ ਦੇ ਫੁੱਲਾਂ ਦੇ ਵਿੱਚ ਚਲ ਜਾਊਗੀ ਦੋਨੋਂ ਚੀਜ਼ਾਂ, ਠੀਕ ਆ ਜੀ। ਸੋ ਆਪਾਂ ਹੁਣ ਇਹਨੂੰ ਕੜਛੀ ਦੇ ਨਾਲ ਹਿਲਾ ਦਿੰਦੇ ਹਾਂ। ਅਤੇ ਬਾਹਰ ਚੱਲ ਰਹੀਆਂ ਆ ਹੋਟਲਾਂ ਦੀਆਂ ਗੱਲਾਂ, ਅਤੇ ਇੱਧਰ ਹੁਣ ਮੈਂ ਗਾਂ ਦੇ ਲਈ ਵੀ ਇਕੱਠਾ ਕਰਕੇ ਰੱਖ ਲਵਾਂ, ਅਤੇ ਮੇਰੀ ਲੱਸੀ ਵੀ ਬਣ ਕੇ ਰੈਡੀ ਹੋ ਚੁੱਕੀ ਆ।
यम्मी यम्मी। गाइस वीरे एक पंगा पै चुका है, पंगा ये पै गया है कि मैं तुहानू दिखाउणी सी रेसिपी की वीडियो। सो जो मम्मी तड़का लाने लग पे तो मैं लून दानी विच सारा कुछ पाउन लग पई, जिहदे करके मैं वीडियो बनाउणा भुल गई। पर हले सब्जी बनी नहीं हैगी, मम्मी सारा कुछ करके गए आ, पर किद्दां किद्दां की पाया उहदी वीडियो नहीं बना सकी। पर मैं तुहानू सब्जी की थोड़ी जी शक्ल सूरत जरूर दिखा सकती हाँ। देखो गोभी का फुल भी कला कला देख रहा है, आलू प्याज सारा कुछ ही। सो जो हम अस नैक्सट टाइम बनावे होपफुली जल्दी बना लेंगे, फिर मैं पूरी रेसिपी जरूर दसूँगी। देखने का बहुत ज़्यादा यमी यमी लग रही है, बाकी आप खा के रिव्यू सही सही देवे, ठीक है जी। सो इन आप स्लो गैस से रख्या होया आ, मैं इधर लून दानी में सारा कुछ पाउन लग पी सी, करके ये वाला पंगा पै गया है। पर चलो कोई गल नहीं, हम अगे आप होर की करना है, रोटियां बनाया हले वो दिखावे तुम, ठीक है जी। सो स्टे ट्यून्ड प्लीज। हम आप लगे हैं जी रोटी बना, तवे तो रोटी पै चुकी है। सो मैं रोटी बना के गल करती हूँ, बिकॉज मेरे कोई कैमरा फड़न नहीं है। सो मैं एक हाथ कैमरा फड़ के एक हाथ रोटी नहीं बना सकती। सो आप रोटी बना के मिलते हैं, रोटी खाते खाते गल्ला बातें करते हैं, ठीक है जी। हम आप लगे हैं जी रोटी पानी खान, काम कार सारे नबेड़ के। सो हुलिया देख लो गर्मी दे नाल के हो जाया हो गया आ। सो आप रेसिपी की वीडियो जी मैं गई सी तो बना नहीं हुई है ना, पर आप लास्ट प्रोडक्ट जरूर दिखा सकते हैं। नाल मखनी यमी यमी ते नाल लस्सी का गिलास। एक ओंकार सतनाम करता पुरख निरभउ निर्वैर काल मुक्त अजूनी सैभ गुर प्रसाद जप, आ सच गा सच है भी सच, नानक हसी भी सच, सोचे सोचना हो गई जे सोची लखवार, चुपे छुपना हो गई जे लाए रहा लिपदार को, क्या पखना उतरी जे बनना पुरिया पार, सह सियान पलक होए तो एक ना चले नाल, किस चेहरा होइए कि कूड़े टुटे पाल, हुक्म रजाई चलना नानक लिखिया नाल, हुक्मी हुवन कार हुक्म ना कहा जाई, हुक्मी हुवन जी हुक्म लेव दयाई, हुक्मी उत्तम नीच हुक्म लिख दुख छिपाइए, एक ना हुक्मी बख्शीस एक हुक्मी सदा पवाइए, हुक्मी अंदर सब को बाहर हुक्म ना कोई, नानक हुक्मी जे बुझे तो हुमें कहे ना कोई, गावे को तान होवे किसे तान, गावे को दास जाने निशान, गावे को गुण वड़ेंगे चार, गावे को विद्या विखम चार, गावे को साज करे तन के, गावे को जी लै फिर दे, गावे को जापे दिसे दूर, गावे को विके हादरा हदूर, कथना कथी नावे तोड़, कथ कथ कथी कोटी कोट कोट, देंदा दे लेंदे थक पाए, जुगा जुगंतर खाई खाए, हुक्मी हुक्म चलाए राव, नानक विकसे वे प्रभाव, साचा साहेब साच नाए, पाख्या भाव अपार, आखे मंगे दे दे, दात करे दातार, फेर के अगे रखिए जित दिसे दरबार, मुके बोलन बोलिए जिसम धरे प्यार, अमृत वेला सच नाओ वड्याई विचार, करनी आवे कपड़ा नदरी मुख द्वार, नानक इवे जानिए सब आपे सचियार, थापिया ना जाए कीता न होए, आपे आप निरंजन सोए, जिन सेवा तिन पाया मां, नानक गाविया गुणी निधान, गाविया सुनिए मन रखिए पाओ, दुख पर हर सुख कर लै जाए, गुरमुख नादम गुरमुख वेदम गुरमुख रिया समाई, गुरु ईसा गुरु गुरु ब्रह्मा गुरु पार्वती माई, जेहो जाना आखा नाई, कहना कथन न जाई, गुरा एक देव जाई, सबना जिया कायक दाता, सो मैं विसर न जाई, तीरथ नावा जेतिस पावा, बिन पाणी के नाई करी, जेतिस सिठ उपाई वेखा, बिन कर मांगे मिले लई, मातृज रतन जवाहर मानक, जे एक गुर की सिख सुनी, गुरा एक देव जाई, सबना जिया कायक दाता, सो मैं विसर न जाई, जे तुझ चारे आ जाहो।